जिहड़े बच्चे हुंदे आ खाण पीण दे मामले दे विच कॉम्प्रोमाइज़ नहीं कर सकते ते जिहड़े पेरेंट्स हुंदे आ ओह हेल्थ दे मामले दे विच नहीं कॉम्प्रोमाइज़ कर सकते क्योंकि ਸਾਨੂੰ ਕੁਝ ਕਮੈਂਟਸ ਆ ਰਹੇ ਆ ਲਾਈਕ ਕਾਫੀ ਦਿਨਾਂ ਤੋਂ ਮੈਂ ਦੇਖ ਰਹੀ ਸੀਗੀ ਤੁਹਾਨੂੰ ਮੈਨੂੰ ਜਿਹੜੇ ਕਿ ਯਾਦ ਹੈਗੇ ਆ ਹਜੇ ਮੈਂ ਤੁਹਾਨੂੰ ਦੱਸਦੀ ਆ ਪਹਿਲਾ ਕਮੈਂਟ ਇਹ ਆਇਆ ਸੀਗਾ ਕਿ ਮੈਂ ਤੁਹਾਡੀ ਇਹਨਾਂ ਨੇ ਕੰਮ ਵਧਾਉਣਾ ਹੁੰਦਾ ਦੇ ਤੇਲ ਡੋਲ ਦਿੱਤਾ ਇੱਥੇ ਚੱਕ ਮਾਰ ਪੋਚਾ ਇੱਥੇ ਤੇਰੇ ਲੱਕ ਦਾ ਹੁਲਾਰਾ ਰੰਗ ਰਾਰੇ ਨਾ ਹੋਏ ਤੇ ਕਿ ਨਾ ਦੇ ਚੱਲ ਚੱਲ ਮਾਰ शेफ मम्मा ने देती है इधर आप रखा हुआ है एयर फ्रायर नू ते आ देखो इधर ते टाइमिंग वगैरह सारी सेट करके रखी हुई है। हाँ इनू प्री हीट कर दी हुंदा है पहला फिर वो जल्दी बन जाते हैं। फिलहाल प्री हीट हो रहा है एंड इधर अपनी टिक्कियां भी रेडी हैं। दरमा दरम टिक्कियां बनने जा रही हैं आज। टिक्कियां खाओ टिक्कियां। इधर ते पैरी है जी काली सरों राई। ਜਿਹੜੇ ਬੱਚੇ ਹੁੰਦੇ ਆ ਖਾਣ ਪੀਣ ਦੇ ਮਾਮਲੇ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰ ਸਕਦੇ ਤੇ ਜਿਹੜੇ ਪੇਰੈਂਟਸ ਹੁੰਦੇ ਆ ਉਹ ਹੈਲਥ ਦੇ ਮਾਮਲੇ ਦੇ ਵਿੱਚ ਨਹੀਂ ਕੰਪਰੋਮਾਈਜ਼ ਕਰ ਸਕਦੇ ਕਿਉਂਕਿ ਸਾਡੇ ਘਰ ਦੇ ਵਿੱਚ ਜਿਹੜੇ ਬੱਚੇ ਆ ਨਾ ਖਾਸ ਕਰਕੇ ਸਾਡਾ ਪਾਰਸ ਆ ਉਹਨੂੰ ਫਰਾਈਡ ਚੀਜ਼ਾਂ ਖਾਣ ਦਾ ਇੰਨਾ ਕੁ ਸ਼ੌਂਕ ਆ ਨਾ ਮਤਲਬ ਪਕੌੜੇ ਹੋ ਗਏ ਸਮੋਸੇ ਹੋ ਗਏ ਉਹ ਇਦਾਂ ਦੀਆਂ ਚੀਜ਼ਾਂ ਉਹਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਉਹ ਖਾਣਾ ਨਹੀਂ ਸੀ ਬੰਦ ਕਰ ਸਕਦਾ ਤੇ ਫਿਰ ਸਾਨੂੰ ਤਾਂ ਕੁਛ ਨਾ ਕੁਛ ਕਰਨਾ ਹੀ ਪੈਣਾ ਸੀਗਾ ਤੇ ਫਿਰ ਇਸ ਕਰਕੇ ਅਸੀਂ 에ਅਰ ਫਰਾਈਅਰ ਲੈ ਕੇ ਆਏ ਆ ਕਿ ਚਲੋ ਉਹਦੇ ਨਾਲ ਇਹ ਹੈ ਕਿ ਜੇ ਉਹ ਖਾਊਗਾ ਵੀ ਤੇ ਸਾਨੂੰ ਟੈਨਸ਼ਨ ਤਾਂ ਨਹੀਂ ਨਾ ਇੰਨੀ ਹੋਊਗੀ ਕਿ ਹਾਂ ਉਹ ਮਤਲਬ ਕਿ ਕੁਝ ਗਲਤ ਖਾ ਰਿਹਾ ਜਾਂ ਇੰਨੀ ਓਇਲੀ ਚੀਜ਼ ਖਾ ਰਿਹਾ ਹੈ ਪਰ ਇਹ ਹੈ ਕਿ ਹਜੇ ਥੋੜਾ ਥੋੜਾ ਇਹਨੂੰ ਸਿੱਖਣ ਦੀ ਕੋਸ਼ਿਸ਼ ਕਰ ਰਹੇ ਆ ਹਜੇ ਇੰਨਾ ਤਾਂ ਨਹੀਂ ਐਕਸਪਰਟ ਹੋਏ ਅਸੀਂ ਕਿ ਅਸੀਂ ਸਾਰਾ ਕੁਝ ਇਹਦੇ ਵਿੱਚ ਬਣਾ ਰਹੇ ਆ ਕਿਉਂਕਿ ਜਦੋਂ ਓਵਨ ਪਹਿਲਾਂ ਲਿਆਂਦਾ ਸੀ ਨਾ ਮਾਈਕ੍ਰੋਵੇਵ ਲਿਆਂਦਾ ਸੀ ਉਦੋਂ ਵੀ ਇਹੀ ਹਾਲ ਸੀ ਕਈ ਕੁਝ ਸਾਨੂੰ ਨਹੀਂ ਸੀ ਬਣਾਉਣਾ ਆਉਂਦਾ पर ओवन जिहड़ा है कि वह बहुत मैं देखिया कि ये झंझट वाला थोड़ा जिहा काम है तो यह तो बहुत ज़्यादा ईजी आ बहुत ही ज़्यादा ईजी आ और कल का मैनू लगता कि कल स्टार्ट किया यह तो इन्हें मेरे किन्ने ही काम जिहड़े किए तो मैनू लगा मेरा टाइम भी बचिया और तेल भी बचिया तो उहदे विच चलो खुशी हुंदी है कि कल फ्रेंच फ्राइज बनाए से उन्हें देख के कोई कह नहीं सी सकता कि इन्हां नूं तुसीं की एयर फ्राई किया होया इदां लगता कि फ्राइड हैगे आ ਤਾਂ ਚਲੋ ਇੱਕ ਇਹ ਅੱਖਾਂ ਦਾ ਭੁਲੇਖਾ ਵੀ ਆ ਪਰ ਟੇਸਟ ਵੀ ਉਦਾਂ ਦਾ ਹੀ ਹੁੰਦਾ ਹੈ ਇਹ ਗੱਲ ਨਹੀਂ ਹੈ ਕਿ ਟੇਸਟ ਕੁਝ ਹੋਰ ਹੁੰਦਾ ਹੈ ਟੇਸਟ ਵੀ ਉਦਾਂ ਹੀ ਹੁੰਦਾ ਹੈ ਤੇ ਮੈਨੂੰ ਤਾਂ ਬਹੁਤ ਵਧੀਆ ਚੀਜ਼ ਲੱਗੀ ਤਾਂ ਅੱਜ ਅਸੀਂ ਬਣਾ ਰਹੇ ਹਾਂ ਆਲੂ ਦੀਆਂ ਟਿੱਕੀਆਂ ਤਾਂ ਚਲੋ ਦੇਖਦੇ ਹਾਂ ਵੀ ਉਹ ਕਿੱਦਾਂ ਦੀਆਂ ਬਣਦੀਆਂ ਮੈਂ ਓਵਨ ਪ੍ਰੀ ਹੀਟ ਕਰਨਾ ਜਿਹੜਾ ਰੱਖਿਆ ਹੋਇਆ ਹੈ ਤਾਂ ਟਿੱਕੀਆਂ ਬਣਾ ਕੇ ਤਿਆਰ ਕਰ ਲਈਆਂ ਤਾਂ ਚਲੋ ਆਪਾਂ ਦੇਖਦੇ ਹਾਂ ਆਪਾਂ ਇਹਨੂੰ ਦੇਖ ਲੈਂਦੇ ਹਾਂ ਬਿਲਕੁਲ ਪ੍ਰੀ ਹੀਟ ਹੋ ਚੁੱਕਾ ਹੈ ਤਾਂ ਇੱਧਰ ਮੈਂ ਬਣਾ ਕੇ ਰੱਖੀਆਂ ਟਿੱਕੀਆਂ ਟਿੱਕੀਆਂ ਨੂੰ ਆਪਾਂ ਵਿੱਚ ਸੈੱਟ ਕਰ ਦਿੰਨੇ ਆ ਟਿੱਕੀਆਂ ਜ਼ਿਆਦਾ ਹੋ ਗਈਆਂ ਤਾਂ ਸਪੇਸ ਗਈ ਆ ਘੱਟ ਤੇ ਆਪਾਂ ਟਿੱਕੀਆਂ ਨੂੰ ਥੋੜਾ ਜਿਹਾ ਐਡਜਸਟ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਟਿੱਕੀ ਦਾ ਸਾਈਜ਼ ਥੋੜਾ ਜਿਹਾ ਛੋਟਾ ਕਰ ਦਿੰਨੇ ਆ ਇਦਾਂ ਕਰਕੇ ਦੇਖਦੇ ਆ ਇੱਥੇ ਫੇਰ ਵੀ ਮੇਰੇ ਕੋਲ ਇੱਕ ਟਿੱਕੀ ਬਚ ਗਈ ਆ ਤੇ ਅੱਛੇ 11 ਟਿੱਕੀਆਂ ਜਿਹੜੀਆਂ ਇਸ ਟਾਈਮ ਓਵਨ ਦੇ ਵਿੱਚ ਸੌਰੀ 에ਅਰ ਫਰਾਈਅਰ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਸਟਾਰਟ ਤੇ ਹਾਂਜੀ ਇੱਥੋਂ ਆਪਾਂ 200 ਤੇ ਆਪਾਂ ਲਗਾਵਾਂਗੇ ਠੀਕ ਆ ਓਕੇ ਆ 15 ਮਿੰਟ ਦਾ ਟਾਈਮ ਲਗਾ ਦਿੱਤਾ ਆ 15 ਮਿੰਟ ਦਾ ਨਹੀਂ ਆਪਾਂ ਲਗਾਵਾਂਗੇ ਇੱਥੋਂ ਮਾਈਨਸ ਹੁੰਦਾ ਆ ਇਹਦਾ ਟੈਂਪਰੇਚਰ ਇੱਧਰ ਨਹੀਂ ਸੌਰੀ ਟਾਈਮ 10 ਮਿੰਟ ਦਾ ਇਧਰੋਂ ਟੈਂਪਰੇਚਰ ਆ ਥਰਮਾਮੀਟਰ ਜਿਹਾ ਪਤਾ ਨਹੀਂ ਕੀ ਬਣਿਆ ਹੋਇਆ ਹੈ ਤੇ ਇਧਰੋਂ ਹੁੰਦਾ ਹੈ ਟੈਂਪਰੇਚਰ ਸੈੱਟ ਜਿਹਦਾ 200 ਤੇ ਹੈ ਤਾਂ ਆਪਾਂ 10 ਮਿੰਟ ਦਾ ਟਾਈਮ ਇਹਨੂੰ ਲਗਾ ਦਿੱਤਾ ਹੈ ਤੇ ਉਦੋਂ ਤੱਕ ਆ ਦੇਖੋ ਬ੍ਰੈਡ ਸਾਡੇ ਹੁਣ ਆਈ ਹੈ ਸਵੇਰ ਦੀ ਨਹੀਂ ਤਾਂ ਮਹਿਕ ਨੂੰ ਸੀ ਕਿ ਮੈਂ ਬ੍ਰੈਡ ਰੋਲ ਬਣਾਉਂਗੀ ਤੇ ਕਿਉਂਕਿ ਅਭੀ ਥੋੜ੍ਹਾ ਲੇਟ ਗਿਆ ਉਹ ਕੰਮ ਕਰਦਾ ਸੀਗਾ ਤਾਂ ਕੋਈ ਗੱਲ ਨਹੀਂ ਬ੍ਰੈਡ ਨੂੰ ਵੀ ਕਿਤੇ ਯੂਜ਼ ਵਿੱਚ ਲੈ ਆਵਾਂਗੇ ਫਿਲਹਾਲ ਇਹਨੂੰ ਆਪਾਂ ਸਾਈਡ ਦੇ ਉੱਤੇ ਲਗਾ ਦਿੰਦੇ ਹਾਂ ਪੁੱਛ ਪੁੱਛ
दिखा चंगी तरह। गाइस यहां से देखिए टिक्कियां बन के रेडी है, छोटिया छोटिया। हुण इहदा लाइक आपां कटलेट्स वांगू यूज करांगे, पता किद्दां आपां सैंडविच बनावांगे इहनां दे, बहुत ही खूबसूरत। चलो एक टमाटर मेनू मिल गया, मिर्चा कि गोल मटोल धनिया भी मैं छुके हूं साफ करके सारा कुछ। इन्होंने रसोई च की करानी होंगी, इन्होंने काम बधाना होंगे। तेल दो दिता इत चक मार पोचा इतने चल चल मार चंगी तरह पोचा हूं सर्फ के साफ करना इतने जो साक्षी इतना सर्फ वाला पोचा मार। ये सर्फ वाला है तू खाने चाहनी है कि नहीं? गरीब मार हो गई। उद्दा भी मारते रहते, गरीब मार भी करते रहते। चाह बनी पई है बस। गर्मा गर्म दी तेरी मर्जी है, तुसी खानी है। ननू नू और बना दे सैंडविच। क्यों दवा? अच्छा ये रात दे खा लियो ने करल ते हुणे ने ओनू करल पाए हो सवेर दे ओनू करल पाए हो। लस्सी बिच पई हुण तू सैंडविच दे नाल लस्सी पीएंगी है ना। बस करिया कर। ठीक है चाकू दे देना चाकू दे देना।
टाइम वेस्ट करने वाली गल है। चौंग निकल जाती है उनकी फिर। अब इस पे हम गाइस टोमेटो डालेंगे। जे तुसी उदा ही खा लिया करो सारा कुछ, इन्ने पंगे कर करके खाने हैं। ਇਹ ਕੈਲਰੀਜ਼ ਬਹੁਤ ਹੁੰਦੀਆਂ ਮੈਂ ਜਦੋਂ। ਅੱਛਾ ਇਹਦੇ ਵਿੱਚ ਕੈਲਰੀਜ਼ ਹੁੰਦੀਆਂ। ਠੀਕ ਹੈ। ਤੁਹਾਨੂੰ ਇੰਨਾ ਹੀ ਨਹੀਂ ਪਤਾ ਯਾਰ ਜਾਉਂਗੀ। ਮੇਰੇ ਹੱਥੋਂ ਮੈਂ ਜਾਦੂ ਹੈ ਜਾਦੂ। ਪੁੱਛ ਨਾ। ਮੈਂ ਸੋਚਣਾ। ਦਰਮ ਦਰਮ ਤਿੱਤੀਆਂ ਤੇ ਬ੍ਰੈਡ ਸੈਂਡਵਿਚ ਬਣ ਕੇ ਰੈਡੀ ਹੈ। लो जी बड़ी वधिया दाल जिहड़ी है बन गई है। अज मैं बनाई है साबत मसर की दाल जिहड़ी कि बच्चियां नूं बहुत ज्यादा पसंद है। एक ए वाली दाल ते एक जिहड़ी हुंदी है, वैसे दालां सारियां खा ही लैंदे आ, कोई इदां दी गल नहीं है। मूंगी मसरां की दाल तो कदी कदी नक चढ़ाउंदे आ। ते फिलहाल धनिया थोड़ा लगदा, धनिया मैं पाऊंगी होर, क्योंकि दाल दे विच तां जिन्ना धनिया होवे उन्ना ही थोड़ा है। मैं गोर खाऊंगी। पहले नु काट लाओ पिया पिज़्ज़ा कटर। तेरा झूठे खादा लकनी मुड़िया। क्यों मेरी मर्जी, मैं जिन्ना मर्जी नंबर जावांगे। गर्म गर्म तितियां दे फैन विच बैठ के रह रही है जी। तुसी नहीं खा सकते क्योंकि तुसी चले ब्रेक आ मेरी। ठीक है शक्कर तो पा दे, मैं ले जानी आ। शक्कर पा दे। शक्कर दा हिसाब की है उत्थे, तू भाड़ा पढ़ के ओ तो मन्निया तैनू नहीं आउंदे हैगे यार। आंदे है इदां दी कई गल्ल टू आ जाए। इहनू वाकई नहीं पता, मैनू ना इदां लिख के रखना पैंदा है वी इह की आ, इहनू कुछ नहीं पता हैगा यार। मैनू पता आ। आ पता तैनू। मैं अनपढ़ नहीं आ अम्मा, तुसी मैनू कॉन्वेंट स्कूल च पढ़ाया है ते मैनू इन्ना नहीं पता हुंदा। So guys, कल मैं बहुत ज्यादा खूबसूरत बनकर गई थी ऑडिशन देने। मेरे पास एंकर भी आई थी, वो कहने लगी आप बहुत सुंदर लग रहे हो, गाना सुना दो। मैंने उसे गाना भी सुनाया पर मैंने उसे ये नहीं बताया मैंने अंदर जाके क्या गाना है। फिर क्या होगा? मैंने जब उसे नहीं बताया मैंने अंदर जाके गा गाना है, वो मैं वैसे भी नहीं गा के आई तो गाने का मौका ही नहीं मिला। नहीं ऐसे देखो एक घट सी, अभी आप छोटे बच्चे हो। बच्चा बच्चा नहीं मैं। आ। चल चली मैं हूं भांडे धोली जेडे रह गए चार। धोली धोली अपा हो गए रेडी ते हुण जाना सीगा कुछ असि समान लैण। सानू कुछ कमेंट्स आ रहे हैं लाइक काफी दिनों तो मैं देख रही सीगी थानू, मैनू जेड़े कि याद हैगे हजे मैं थानू दसदी हां। पहला कमेंट ये आया सीगा कि मैं थोड़े कहिंदे पता नहीं मैनू नाम नहीं याद आ रहा हुण कि मतलब उन्होंने मेरे सारे कलाउत्सव वाले ब्लॉग्स देखे एंड वो कह रहे सीगे कि सानू बहुत ज्यादा सोहणे लगे एंड थैंक यू सो मच, तुसी इन्ना ज्यादा प्यार दे रहे हो ਤੇ ਇੱਦਾਂ ਹੀ ਬਸ ਵਲੌਗਸ ਦੇਖਦੇ ਰਹੋ ਸਾਡੇ ਤੇ ਇੱਦਾਂ ਹੀ ਸਪੋਰਟ ਕਰਦੇ ਰਹੋ। ਤੇ ਇੱਕ ਹੋਰ ਕਿਹੜਾ ਕਮੈਂਟ ਆਇਆ ਸੀਗਾ, ਇੱਕ ਤਾਂ ਇਹ ਆਇਆ ਸੀਗਾ ਨਾ ਕਿ ਤੁਸੀਂ ਕੰਨ ਕਹਿੰਦੇ ਕਦੋਂ ਬਣਾਏ ਸੀ। ਹਾਂ ਕੰਨ ਕਦੋਂ ਬਣਾਏ ਸੀ ਤੁਸੀਂ? ਗਾਇਸ ਮੈਨੂੰ ਹੋ ਗਿਆ 6 ਕੁ ਮਹੀਨੇ ਕੰਨ ਬਣਵਾਇਆ ਨੂੰ ਆ ਵਾਲੇ, ਨਹੀਂ ਇੱਕ ਨੂੰ ਸਾਲ ਹੋ ਗਿਆ, ਇੱਕ ਨੂੰ ਸਾਲ ਹੋ ਗਿਆ, ਇੱਕ ਨੂੰ 6 ਮਹੀਨੇ ਹੋ ਗਏ ਆ ਹਨਾ। ਤੇ ਮਤਲਬ ਬਹੁਤ ਲੇਟ ਬਣਵਾਏ ਆ, ਹੁਣ ਆ ਕੇ ਬਣਾਏ, ਕਾਫੀ ਲੇਟ ਬਣਵਾਏ ਹੁੰਦੇ ਹੋਏ। ਤੇ ਹੋਰ ਕਿਹੜਾ ਕਮੈਂਟ ਆਇਆ ਸੀ, ਇਹ ਆਇਆ ਸੀਗਾ ਕਿ ਲਾਈਕ ਜਿਹੜਾ ਤੁਸੀਂ ਹੁਣ ਸਰਪ੍ਰਾਈਜ਼ ਤੁਹਾਨੂੰ ਦਿੱਤਾ ਹੈਗਾ ਹੈ ਲਾਈਕ ਸਵੀਟ ਹਾਰਟ ਨੇ ਮੇਰੇ ਅੱਪਾ ਜਾਨ ਨੇ ਉਹ ਦਿੱਤਾ ਆ ਤੇ ਮਤਲਬ ਏਅਰ ਫਰਾਇਰ ਲੈ ਕੇ ਦਿੱਤਾ ਆ ਸਾਨੂੰ ਹੈ ਨਾ। ਤੇ ਉਹ ਕਿਸੇ ਦਾ ਕਮੈਂਟ ਆਇਆ ਸੀਗਾ ਕਿ ਲਾਈਕ ਤੁਸੀਂ ਉਹ ਵਲੌਗ ਬਣਾਉਣਾ ਸੀਗਾ ਐਜ਼ ਅ ਸਰਪ੍ਰਾਈਜ਼ ਵਲੌਗ, ਜਿਹਦਾ ਸਕ੍ਰਿਪਟ ਕਰਕੇ ਸਾਰੀ ਰੈਡੀ ਕਰਕੇ ਸਕ੍ਰਿਪਟਡ ਵਲੌਗ ਕਰ ਦਿੰਦੇ ਆ ਜਿਹਨੂੰ। ਸੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਉਹ ਚੀਜ਼ ਜਿਹੜੀ ਹੈਗੀ ਉਹ ਆਪਾਂ ਨਹੀਂ ਕਰਦੇ ਹੈਗੇ ਵੈਸੇ, ਕਿਉਂਕਿ ਇਦਾਂ ਹੁੰਦਾ ਹੈ ਨਾ ਜੋ ਕਿਉਂਕਿ ਅਸੀਂ ਸੋਚਿਆ ਨਹੀਂ ਹੁੰਦਾ ਕੁਝ ਵੀ, ਸਕ੍ਰਿਪਟਡ ਨਹੀਂ ਹੁੰਦਾ ਜਦੋਂ ਵੀ ਆਪਾਂ ਫੋਨ ਚੱਕੀਦਾ ਹੈ ਕੁਝ ਵੀ ਹੁੰਦਾ ਹੈ ਮਾਈਂਡ ਵਿੱਚ ਉਹ ਇਦਾਂ ਹੀ ਬੋਲਦੇ ਆ ਬਸ ਇਦਾਂ ਜੋ ਵੀ ਹੁੰਦਾ। ਵਲੌਗ ਦਾ ਮਤਲਬ ਇਹ ਹੁੰਦਾ ਹੈ ਕਿ ਕੁਝ ਵੀ ਤੁਸੀਂ ਐਵੇਂ, ਹਾਂ ਜੋ ਵੀ ਰਿਐਲਿਟੀ ਹੈ ਮਾਈਂਡ ਵਿੱਚ ਤੁਹਾਡੇ ਉਸ ਟਾਈਮ ਤੇ ਕਰ ਦਿਓ।
ਕੁਛ ਇਦਾਂ ਨਹੀਂ ਹੁੰਦਾ ਹੈਗਾ ਕਿ ਸਕ੍ਰਿਪਟਡ ਨਹੀਂ ਹੁੰਦਾ ਹੈਗਾ, ਇਸ ਕਰਕੇ ਜੋ ਸਾਨੂੰ ਉਸ ਟਾਈਮ ਤੇ ਲੱਗਾ ਸੀ ਉਹ ਉਵੇਂ ਬਣਾ ਲਿਆ। ਬਾਕੀ ਸਕ੍ਰਿਪਟ ਨਾਲ ਚਲੋ ਸਕ੍ਰਿਪਟ ਫਿਰ ਐਜ਼ ਇਨ ਐਕਟ ਆ ਜਾਂਦੀ ਹੈਗੀ। ਰਿਐਲਿਟੀ ਸ਼ੋਅ ਦਾ ਕਿਹਾ ਸੀ ਤੁਸੀਂ ਕਿ ਹਾਂ ਰਿਐਲਿਟੀ ਸ਼ੋਅ ਦੇ ਲਈ ਟਰਾਈ ਕਰੋ, ਤੇ ਰਿਐਲਿਟੀ ਸ਼ੋਅ ਲਈ ਕੱਦ ਗਈ ਵੀ ਸੀਗੀ ਮੈਂ, ਹਜੇ ਉੱਥੇ ਐਲੀਜੀਬਲ ਨਹੀਂ ਹੈ, ਇਸ ਕਰਕੇ ਮੈਂ ਨੈਕਸਟ ਈਅਰ ਜ਼ਰੂਰ ਜਾਊਂਗੀ। ਵੈਸੇ ਅਸੀਂ ਤਾਂ ਬਿਲਕੁਲ ਨਹੀਂ ਸੀ ਚਾਹੁੰਦੇ ਇਹ ਮਤਲਬ ਹੁਣ ਵੀ ਜਾਵੇ ਤਾਂ ਅੱਗੇ ਵੀ ਜਾਵੇ, ਤੇ ਬਾਕੀ ਟਾਈਮ ਦਾ ਪਤਾ ਨਹੀਂ ਹੁੰਦਾ ਹੈਗਾ, ਟਾਈਮ ਦੇ ਨਾਲ ਕਈ ਕੁਛ ਵਕਤ ਆਪਣੇ ਆਪ ਹੀ ਸਾਰਾ ਕੁਝ ਕਰਵਾ ਲੈਂਦਾ ਹੈ। ਸਾਨੂੰ ਵੀ ਕੁਝ ਬਦਲਣਾ ਚਾਹੀਦਾ ਆ, ਹਮੇਸ਼ਾ ਬੰਦਾ ਇੱਕੋ ਜਿਹਾ ਨਹੀਂ ਰਹਿੰਦਾ ਹੈਗਾ, ਥੋੜਾ ਜਿਹਾ ਚੇਂਜ ਵੀ ਲਿਆਉਣਾ ਜ਼ਰੂਰੀ ਹੁੰਦਾ ਆ। ਤੇ ਇਸ ਕਰਕੇ ਮੈਂ ਸੋਚਿਆ ਸੀਗਾ, ਮੈਨੂੰ ਸਾਰੇ ਮਨਾ ਕਰ ਰਹੇ ਸੀ ਬਹੁਤ ਕਿ ਤੂੰ ਨਾ ਜਾ, ਲੇਕਿਨ ਮੈਂ ਸੋਚਿਆ ਕਿ ਨਹੀਂ ਆਈ ਸ਼ੁਡ ਟਰਾਈ, ਮੈਨੂੰ ਜਾਣਾ ਚਾਹੀਦਾ। ਅਭੀ ਤਾਂ ਮਤਲਬ ਜਦੋਂ ਅਸੀਂ ਗੇਟ ਦੇ ਬਾਹਰ ਤੱਕ ਵੀ ਖੜੇ ਸੀ ਨਾ ਜਾਣ ਵਾਸਤੇ, ਉਦੋਂ ਤੱਕ ਵੀ ਸਾਨੂੰ ਰੋਕਦਾ ਰਿਹਾ ਆ। ਚਲੋ ਇਹਨਾਂ ਦੇ ਵਿੱਚੋਂ ਮੈਂ ਮੰਨ ਗਈ ਸੀ, ਤੇ ਪਾਪਾ ਵੀ ਕਹਿੰਦੇ ਛੱਡ ਪਰਾਂ, ਟਾਈਮ ਵੇਸਟ ਹੋ ਰਿਹਾ, ਮੈਂ ਨਹੀਂ ਸੀ ਮੰਨ ਰਹੀ। ਤੇ ਇਹਨੂੰ ਸੀ ਕਿ ਨਹੀਂ ਮੈਂ ਇੱਕ ਵਾਰੀ ਜਾ ਕੇ ਐਕਸਪੀਰੀਅੰਸ ਕਰਕੇ ਆਣਾ, ਬਸ ਹੋ ਗਿਆ ਐਕਸਪੀਰੀਅੰਸ ਵਾਲ, ਬਹੁਤ ਵਧੀਆ ਹੋਇਆ, ਲੱਗ ਗਿਆ ਪਤਾ ਲਾਈਨ ਚ ਲੱਗ ਗਿਆ, ਲਾਈਨ ਦੇ ਵਿੱਚ ਲੱਗ ਕੇ ਤਾਂ ਉੱਥੋਂ ਬਸ ਜਿੱਦਾਂ ਹੀ ਅੰਦਰ ਗਈ ਆ ਤਾਂ ਉਹ ਕਹਿੰਦੇ, ਉਹਨੇ ਮੈਨੂੰ ਇਹ ਕਿਹਾ ਸੀ ਬਸ ਕਿ ਤੁਹਾਡਾ ਅਟਾਇਰ ਬਹੁਤ ਸੋਹਣਾ ਆ, ਤੁਸੀਂ ਗਾਣਾ ਸੁਣਾ ਦਿਓ। ਮੈਨੂੰ ਗਾਣਾ ਵੀ ਸੁਣਾ ਕੇ ਆਈ ਸੀ, ਉਹ ਮੈਨੂੰ ਕਹਿੰਦੇ ਤੁਸੀਂ ਅੰਦਰ ਜਾ ਕੇ ਕਿਹੜਾ ਗਾਣਾ ਗਾਣਾ, ਮੈਂ ਕਿਹਾ ਮੈਂ ਤੁਹਾਨੂੰ ਹਜੇ ਨਹੀਂ ਦੱਸ ਸਕਦੀ ਹੈਗੀ, ਮੈਂ ਅੰਦਰ ਜਾ ਕੇ ਹੀ ਸੁਣਾਉਂਗੀ, ਜਜੇ ਨੂੰ ਹੀ ਸੁਣਾਉਂਗੀ। ਕਹਿੰਦੀ ਉਹ ਤਾਂ ਉਹਨਾਂ ਨੇ ਬਹੁਤ ਪਸੰਦ ਕੀਤਾ ਜੋ ਮੈਂ ਗਾਇਆ ਸੀਗਾ, ਮੈਂ ਗਾਇਆ ਸੀ ਜੁੱਤੀ ਸੀ। ਤੇ ਉਹ ਫਿਰ ਤੇ ਆਧਾਰ ਕਾਰਡ ਜਦੋਂ ਦੇਖਿਆ ਤਾਂ ਫਿਰ ਆਧਾਰ ਕਾਰਡ ਕਹਿੰਦੇ ਤੂੰ ਬੱਚਾ ਹੈ, ਇਹ ਬੱਚੀ ਹੈ, ਵਾਪਸ ਲੈ ਜਾਓ ਇਸਨੂੰ, ਆ ਕੇ ਕਹਿੰਦੇ ਮੂੰਹ ਚੱਕ ਕੇ ਆਂਦੇ ਪਤਾ ਹੈ ਨਹੀਂ ਇਹ ਜੂਸ ਦਾ। ਹਾਂ ਤੇ ਹੁਣ ਅਸੀਂ ਚੱਲੇ ਆ, ਇਹਦਾ ਨਾ ਮੈਂ ਲਹਿੰਗਾ ਬਣਨਾ ਦਿੱਤਾ ਹੋਇਆ ਸੀ, ਤੁਹਾਨੂੰ ਦਿਖਾਇਆ ਵੀ ਸੀ ਸਾਰਿਆਂ ਨੂੰ, ਤੇ ਉਹਦੇ ਵਾਸਤੇ ਜਿਹੜੀ ਲੈਸ ਆ ਤਾਂ ਉਹ ਕਾਫੀ ਘਟ ਗਈ ਸੀਗੀ। ਟੇਲਰ ਨੇ ਸੁਜੈਸਟ ਕੀਤਾ ਕਿ ਤੁਸੀਂ ਹੋਰ ਲੈਸ ਇੱਕ ਲੈ ਕੇ ਆਓ, ਤੇ ਉਹ ਮੈਂ ਹੁਣ ਲੈਣ ਚੱਲੀ ਹਾਂ। ਇਹਨੂੰ ਵੀ ਛੁੱਟੀ ਸੀ ਤੇ ਅਭੀ ਨੂੰ ਵੀ ਛੁੱਟੀ ਸੀ, ਤੇ ਥੋੜਾ ਜਿਹਾ ਸਮਾਨ ਕੁਛ ਹੋਰ ਲੈ ਕੇ ਆਉਣਾ ਸੀਗਾ, ਤਾਂ ਚਲੋ ਮੈਂ ਕਿਹਾ ਇਹਨਾਂ ਦੀ ਛੁੱਟੀ ਦਾ ਰਾਹ ਜਿਹੜਾ ਹੈ ਉਹ ਲੈ ਸਕਦੇ, ਕਿਉਂਕਿ ਅਭੀ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ, ਹੁਣੇ ਹੀ ਉਹਨੂੰ ਕਾਲ ਆਈ ਤਾਂ ਹੁਣੇ ਬੈਗ ਚੱਕ ਕੇ ਉਹਨੇ ਚਲਾ ਜਾਣਾ, ਇਹਨੇ ਵੀ ਕੱਲ ਨੂੰ ਚੱਲ ਜਾਣਾ ਆ, ਤਾਂ ਫਿਰ ਮੈਨੂੰ ਜਿਹੜਾ ਸਮਾਨ ਆ ਫਿਰ ਇਹਦੇ ਪਾਪਾ ਦੀ ਵੇਟ ਕਰਨੀ ਪੈਂਦੀ। ਯਾਰ ਇੱਕ ਮੈਂ ਗਾਣਾ ਲੱਭ ਰਹੀ, ਮੈਨੂੰ ਫੋਨ ਚਾਹੀਦਾ। ਲੱਭੋ ਲੱਭੋ।